ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਲੜੀ ਦੇ ਤਹਿਤ ਮਾਲ ਆਫ ਅੰਮ੍ਰਿਤਸਰ ਦੇ ਬਾਹਰ ਵੀ ਧਰਨਾ ਲਗਾਇਆ ਗਿਆ। ਇਸੇ ਦੇ ਚੱਲਦੇ ਧਰਨੇ ਦੇ ਵਿੱਚ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਪਹੁੰਚੇ ਅਤੇ ਕਿਸਾਨ ਜਥੇਬੰਦੀਆਂ ਨੂੰ ਧਰਨਾ ਹਟਾਉਣ ਦੀ ਅਪੀਲ ਕੀਤੀ। ਦੱਸੀਏ ਕਿ ਮਨਦੀਪ ਸਿੰਘ ਮੰਨਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਉਤਰੇ ਹਨ। ਉਹਨਾਂ ਨੇ ਕਿਹਾ ਕਿ ਮਾਲ ਦੇ ਵਿੱਚ ਪਹਿਲਾਂ ਹੀ ਰਿਲਾਇੰਸ ਦੇ 5 ਸਟੋਰ ਬੰਦ ਕੀਤੇ ਗਏ ਹਨ। ਜਿਸ ਤੋਂ ਬਾਅਦ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਵੀ ਰਿਲਾਇੰਸ ਦੇ ਪੈਟਰੋਲ ਪੰਪ ਖੁੱਲ੍ਹੇ ਹੋਏ ਹਨ ਉਹਨਾਂ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਭਾਗੀਦਾਰੀ ਪੰਜਾਬ ਦੇ ਰਾਜਨੀਤਿਕ ਨੇਤਾਵਾਂ ਦੀ ਹੈ। ਇਸ ਦੇ ਲਈ ਉਹਨਾਂ ਵੱਲੋਂ ਪੈਟਰੋਲ ਪੰਪਾਂ ਨੂੰ ਬੰਦ ਨਹੀਂ ਕੀਤਾ ਗਿਆ, ਸਿਰਫ ਸ਼ਹਿਰ ਦੇ ਵਪਾਰੀਆਂ ਨੂੰ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੰਨਾ ਦੀ ਅਪੀਲ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਧਰਨਾ ਹਟਾਉਣ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ। ਮੇਰੀ ਇੱਕ ਨਿਮਰਤਾ ਸਹਿਤ ਬੇਨਤੀ ਹੈ, ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਇੱਥੇ ਬੈਠੇ ਨੇ, ਕੱਲ੍ਹ ਮੌਲ ਵਾਲੇ ਵੀ ਇਹਨਾਂ ਕੋਲ ਆਏ ਸੀਗੇ, ਉਹਨਾਂ ਨੇ ਇੱਕ ਬੇਨਤੀ ਕੀਤੀ ਸੀ ਇਹਨਾਂ ਨੂੰ ਕਿ ਸਾਡੇ ਮੌਲ ਦੇ ਵਿੱਚ ਮੇਨ ਲੜਾਈ ਜਿਹੜੀ ਸਾਡੀ ਪੰਜਾਬ 'ਚ ਚੱਲ ਰਹੀ ਹੈ ਉਹ ਰਿਲਾਇੰਸ ਅਡਾਨੀ ਅਬਾਨੀ ਦੇ ਨਾਲ ਹੈ, ਕਿਸਾਨਾਂ ਦੇ ਨਾਲ। ਮੈਂ ਵੀ ਥਾਂ ਥਾਂ 'ਤੇ ਜਾਂਦਾ ਵਾਂ, ਚਾਹੇ ਮੈਂ ਕਿਸਾਨ ਨਹੀਂ ਪਰ ਮੈਂ ਪੰਜਾਬ ਦਾ ਪੁੱਤ ਜ਼ਰੂਰ ਹਾਂ। ਜਿੱਥੇ ਕਿਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ, ਜ਼ਰੂਰੀ ਨਹੀਂ ਮੇਰੇ ਕਹਿਣ ਨਾਲ ਕੋਈ ਫਰਕ ਪੈਂਦਾ, ਮੇਰੇ ਕਹਿਣ ਨਾਲ ਕੋਈ ਮਸਲਾ ਹੱਲ ਹੁੰਦਾ, ਪਰ ਮੈਂ ਕਦੀ ਕਿਸੇ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦਾ ਕਿ ਮੈਂ ਉਹਨਾਂ ਦੇ ਨਾਲ ਨਹੀਂ ਹਾਂ। ਉਹਨਾਂ ਨੇ ਕੱਲ੍ਹ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਰਿਲਾਇੰਸ ਦੇ 5 ਸਟੋਰ ਨੇ ਅੰਦਰ ਅਸੀਂ 5 ਕੰਪਲੀਟ ਤੌਰ ਦੇ ਉੱਤੇ ਬੰਦ ਕੀਤੇ ਨੇ, ਹੋਰ ਵੀ ਜੇ ਤੁਸੀਂ ਕੋਈ ਪਿੰਨ ਪੁਆਇੰਟ ਕਰੋਗੇ ਕਿ ਉਹ ਵੀ ਅਸੀਂ ਬੰਦ ਕਰਨ ਨੂੰ ਤਿਆਰ ਹਾਂ। ਲੜਾਈ ਰਿਲਾਇੰਸ ਨਾਲ ਹੈ, ਕੋਈ ਵੀ ਬੰਦਾ ਅੰਦਰ ਬਿਠਾ ਦਿੱਤਾ ਜਾਵੇ ਅਤੇ ਸਾਡਾ ਜਿਹੜਾ ਬਾਕੀ ਮੌਲ ਹੈ ਉਹ ਚੱਲਣ ਦਿੱਤਾ ਜਾਵੇ। 1550 ਦੇ ਕਰੀਬ ਬੱਚੇ ਜਿਹੜੇ ਅੰਦਰ ਕੰਮ ਕਰਦੇ ਨੇ, ਯੰਗਸਟਰ ਨੇ ਸਾਰੇ, ਨੌਜਵਾਨ ਨੇ, ਉਹਨਾਂ ਦੇ ਪਰਿਵਾਰ ਇੱਥੋਂ ਚੱਲਦੇ ਨੇ। ਔਰ ਪਹਿਲਾਂ 9 ਮਹੀਨੇ ਤੋਂ ਕਰੋਨਾ ਲਗਾਤਾਰ 23 ਮਾਰਚ ਤੋਂ ਉਹਦੇ ਕਰਕੇ ਮੌਲ ਬੰਦ ਰਿਹਾ ਹੈ। ਇੰਨੇ ਤਿਉਹਾਰ ਸੀਗੇ ਸਾਡੇ, ਮਤਲਬ ਇਹ ਕਰੋਨਾ ਖਾ ਗਿਆ, ਵਿਸਾਖੀ, ਦੁਸਹਿਰਾ, ਨਰਾਤਰੇ, ਹੋਲੀ, ਆ ਜੋ ਵੀ ਸੀਗਾ ਰੱਖੜੀ, ਸਾਰੇ ਸਾਰੇ ਤਿਉਹਾਰ ਖਤਮ ਹੋ ਗਏ। ਕਿਤੇ ਵੀ ਲੋਕਾਂ ਨੇ ਬਾਜ਼ਾਰਾਂ 'ਚ ਜਾ ਕੇ ਕੋਈ ਖਰੀਦਦਾਰੀ ਜਾਂ ਦੁਕਾਨਾਂ ਦੇ ਕੰਮ ਨਹੀਂ ਚੱਲੇ। ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਵੀ ਰਿਲਾਇੰਸ ਵਾਲੇ ਸਟੋਰ ਬੰਦ ਨੇ, ਬਾਕੀ ਬੱਚਿਆਂ ਦਾ ਕਾਰੋਬਾਰ ਚੱਲਣ ਦਿੱਤਾ ਜਾਵੇ। ਉਹ ਬੇਨਤੀ ਅੱਜ ਮੈਂ ਵੀ ਇਹਨਾਂ ਨੂੰ ਕਰਨ ਆਇਆ ਸਵੇਰੇ, ਇਸ ਜਿਹੜੇ ਇਹ ਧਰਨੇ ਜਿਨ੍ਹਾਂ ਦੀ ਅਗਵਾਈ 'ਚ ਲੱਗਾ ਸੀਗਾ ਲੋਕ ਭਲਾਈ ਇਨਸਾਫ ਪਾਰਟੀ ਵੈਲਫੇਅਰ ਸੁਸਾਇਟੀ ਦੇ ਬਲਦੇਵ ਸਿਰਸਾ ਜੀ ਅਤੇ ਉੱਤੇ ਉਹਨਾਂ ਦੇ ਹਾਈ ਕਮਾਂਡ ਨੇ ਜਿਹੜੇ ਸਰ ਬਲਬੀਰ ਸਿੰਘ ਰਾਜੇ ਵਾਲ, ਮੈਂ ਉਹਨਾਂ ਨਾਲ ਵੀ ਫੋਨ ਦੇ ਉੱਤੇ ਬੇਨਤੀ ਕੀਤੀ ਸੀ ਕਿ ਸਰ ਇੱਕ ਬੜੀ ਜੈਨੂਅਨ ਜੀ ਪ੍ਰੋਬਲਮ ਹੈ, ਮਾਲ ਦਾ ਗੇਟ ਬੰਦ ਹੋਣ ਕਰਕੇ ਬਾਹਰ ਪਾਰਕਿੰਗ ਨਹੀਂ ਹੈ, ਕੋਈ ਵੀ ਫੈਮਿਲੀ ਵਾਲਾ ਬਾਹਰ ਆ ਕੇ ਗੱਡੀ ਲਾਉਣ ਤੋਂ ਗਰੇਜ਼ ਕਰਦਾ, ਪੁਲਿਸ ਵੀ ਜਲੀਲ ਕਰਦੀ ਹੈ, ਚਲਾਨ ਵੀ ਕਰਾਉਣਾ ਪੈਂਦਾ, ਅੰਦਰ ਕੋਈ ਕਸਟਮਰ ਜਾ ਨਹੀਂ ਰਿਹਾ। ਅੰਦਰ ਜਿਹੜੇ ਬੱਚੇ ਨੇ ਉਹ ਵੀ ਦਵਾਈ ਦੇ ਰਹੇ ਨੇ ਕਿ ਨਾ ਸਾਨੂੰ ਇਨਸੈਂਟਿਵ ਮਿਲ ਰਹੇ ਨੇ, ਸਾਡਾ ਜਿਹੜਾ ਸਟਾਫ ਹੈ ਉਹ ਵੀ ਘੱਟ ਕੀਤਾ ਜਾ ਰਿਹਾ ਹੌਲੀ ਹੌਲੀ, ਮਤਲਬ ਇਹਨਾਂ ਨੇ ਸਾਨੂੰ ਕੱਢ ਦੇਣਾ। ਅਤੇ ਕਈ ਸ਼ੋਰੂਮ, ਕਈ ਚੇਨ ਨਹੀਂ ਹੈਗੀਆਂ, ਕਈ ਲੋਕਾਂ ਨੇ ਆਪਣੇ ਖੋਲ੍ਹੇ ਨੇ ਬੈਂਕਸ ਤੋਂ ਲੋਨ ਲੈ ਕੇ, ਉਹ ਬੈਂਕਰਪਸੀ ਵੱਲ ਵੱਧ ਰਹੇ ਨੇ। ਇਸ ਕਰਕੇ ਤੁਹਾਨੂੰ ਇੱਕ ਬੇਨਤੀ ਕੀਤੀ ਜਾਂਦੀ ਇੱਕ ਕਿ ਇਹ ਮਾਲ ਬਾਕੀ ਚੱਲ ਲੈਣ ਦਿੱਤਾ ਜਾਵੇ, ਰਿਲਾਇੰਸ ਇਹਦੇ ਵਿੱਚ ਬੰਦ ਰਹੇਗਾ, ਇਹ ਬੇਨਤੀ ਲੈ ਕੇ ਇਹਨਾਂ ਕੋਲ ਆਏ। ਕੀ ਗੱਲਬਾਤ ਹੋਈ? ਮੈਂ ਇਹਨਾਂ ਨੂੰ ਜਿਹੜਾ ਉਹਨਾਂ ਕੱਲ੍ਹ ਮੰਗ ਪੱਤਰ ਦਿੱਤਾ ਸੀ ਮੈਂ ਦੱਸਿਆ ਜੀ, ਉਹਨਾਂ ਨਾਲ ਵੀ ਗੱਲ ਹੋਈ ਆ, ਉਹਨਾਂ ਦੀ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੈ। ਉਹ ਕਹਿ ਰਹੇ ਨੇ ਕਿ ਅਸੀਂ ਮੀਟਿੰਗ ਦੇ ਵਿੱਚ ਅੱਜ ਇਹਨੂੰ ਡਿਸਾਈਡ ਕਰਕੇ ਕੋਈ ਪੋਜ਼ਿਟਿਵ ਰਿਸਪੌਂਸ ਤੁਹਾਨੂੰ ਜ਼ਰੂਰ ਦੇਵਾਂਗੇ। ਲੇਕਿਨ ਪੈਟਰੋਲ ਪੰਪ ਜਿਹੜੇ ਨੇ ਉਹ ਐਕਟੀਵੇਟ ਨੇ, ਚੱਲ ਰਹੇ ਨੇ, ਕਈ ਪੈਟਰੋਲ ਪੰਪ ਨੇ ਕਈਆਂ ਦੇ ਬੰਦ ਨੇ, ਲੇਕਿਨ ਉਹ ਚੱਲ ਰਹੇ ਨੇ, ਕੀ ਕਾਰਨ ਸਮਝਦੇ? ਅੰਦਰ ਜਿਹੜੀਆਂ ਸ਼ਾਪਸ ਨੇ ਉਹ ਪੋਲੀਟੀਸ਼ੀਅਨ ਦੀਆਂ ਘੱਟ ਨੇ, ਜਿਹੜੇ ਪੈਟਰੋਲ ਪੰਪ ਨੇ ਉਹ ਪੋਲੀਟੀਸ਼ੀਅਨ ਦੇ ਨੇ, ਜਿਹੜੇ ਰਿਲਾਇੰਸ ਦੇ ਪੰਪ ਨੇ। ਤੁਸੀਂ ਕੀ ਸਮਝਦੇ ਹੋ ਕਿ ਰਿਲਾਇੰਸ ਜਦੋਂ ਇੱਥੇ ਕੋਈ ਵੀ ਪ੍ਰੋਡਕਟ ਲੈ ਕੇ ਆਉਂਦਾ, ਚਾਹੇ ਉਹ ਫੋਨ ਹੈ, ਚਾਹੇ ਉਹ ਨੈੱਟ ਹੈ, ਚਾਹੇ ਉਹ ਗੈਸ ਪਾਈਪਲਾਈਨ ਹੈ, ਚਾਹੇ ਉਹ ਪੈਟਰੋਲ ਪੰਪ ਹੈ, ਇਹ ਲੀਡਰ ਤੇ ਪਹਿਲਾਂ ਹੀ ਹਿੱਸੇਦਾਰੀਆਂ ਰੱਖ ਲੈਂਦੇ ਨੇ। ਮੈਂ ਤੇ ਉਸ ਦਿਨ ਸਟੇਜ ਦੇ ਉੱਤੋਂ ਠੋਕ ਵਜਾ ਕੇ ਕਿਹਾ ਸੀ ਕਿ ਗੁਰਦਾਸਪੁਰ ਦਾ ਇੱਕ ਮੰਤਰੀ, ਉਹਦੇ ਆਪਣੇ 6 ਮੇਰੀ ਗਿਣਤੀ 'ਚ ਹੇਰਾਫੇਰੀ ਹੋ ਸਕਦੀ ਹੈ ਕਿ ਮਤਲਬ ਮੈਂ 4 ਦੇ 5 ਹੋ ਸਕਦੇ ਨੇ ਤੇ 5 ਦੇ 10 ਵੀ ਹੋ ਸਕਦੇ ਨੇ, ਮੈਂ ਐਕੂਰੇਟ ਨਹੀਂ ਦੱਸ ਸਕਦਾ। ਉਹ ਬੰਦੇ ਕੋਲ ਰਿਲਾਇੰਸ ਦੇ ਪੰਪ ਨੇ, ਉਹ ਤਾਂ ਕਰਕੇ ਚੱਲ ਰਹੇ ਨੇ। ਸਰਕਾਰੀ ਛੱਤਰ ਛਾਇਆ ਹੈ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਉਹ ਤਾਂ ਚੱਲਦੇ ਨੇ। ਇਹ ਜਿਹੜੇ ਅੰਦਰ ਸ਼ੋਰੂਮ ਤੇ ਮਾਲ ਨੇ, ਇਹ ਸ਼ਹਿਰ ਦੇ ਵਪਾਰੀਆਂ ਦੇ ਨੇ, ਇਹ ਆਮ ਲੋਕਾਂ ਦੇ ਨੇ, ਇਹ ਤਾਂ ਕਰਕੇ